हेलो जी, सत श्री अकाल। की हाल चाल ਤੁਹਾਡੇ ਸਾਰਿਆਂ ਦੇ? ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਹੋਵੋਗੇ, ਆਪਣੇ ਘਰ ਵਧੀਆ ਹੋਵੋਗੇ ਤੇ ਇੰਜੋਏ ਕਰਦੇ ਹੋਵੋਗੇ। ਤੇ ਅੱਜ ਆਪਾਂ ਮੇਨ ਚੀਜ਼ ਤੁਹਾਨੂੰ ਦਿਖਾਣੀ ਆ, ਅਨਾਜ ਦੇ ਬੜੇ ਤਿਆਰੀਆਂ ਇੱਕ ਪਾਸੇ ਤੋਂ ਨਹੀਂ ਹਰ ਪਾਸੇ ਚਾਲੂ ਹੋ ਚੁੱਕੀ ਆ। ਤੇ ਪਹਿਲਾਂ ਤੈਨੂੰ ਵੇਖੋ, ਸ਼ਰਾਰਤੀ ਨੂੰ ਕੀ ਕਰ ਰਹੀਆਂ ਵੇ? ਇਹ ਚਾਜੇ ਨੂੰ ਛੱਡੋ, ਚਾਜੋ। ਤੇ ਜਸਮੀਤ ਆ ਰਹੀ। ਹਾਂ ਵੇ ਜਸਮੀਤ ਕੋਲ ਆ, ਸਵੇਰ ਝਟਕਾ ਪਾਪਾ ਨੇ ਦੇਤਾ ਤੈਨੂੰ। ਤੈਨੂੰ ਕੀ ਸਾਨੂੰ ਮਿਲ ਗਿਆ ਮੰਮੀ? कमरे लग गए ने पेंटर साहब, ते ए कमरा बाहर दा, ते ओ कमरा सारे डन हो जाएगा। क्या हुआ? क्या हुआ? मतलब आज घरे पेंटर लग गया, हूँ आप दो दिन करोगे इतने नहीं निकल सकते, है ना जसमीत कौर? ओहो, बहुत औखे जी ना, बहुत शेड्यूल टाइट चलेगा अब, है ना? यह कमरा तो चलो आप कर लिया थी पेंट, है ना? तो ये भी कुछ कुछ टचिंग करवा देंगे, जिमें ए वाला पोर्शन टच करवा देंगे, तो ए वाला पोर्शन थोड़ा जहा टचिंग करा देंगे, है ना बीबी? ओ भालू कित्थे ई, ओ भालू कित्थे ई, ओ भालू भालू पिगी कहते पिगी होश, सारे कुछ जानवर नाम ले लेने में। ओए होश कहते है, अनाज उधर नहीं जाना, गंदी गल है। नो देख हम कगे की करते, आवाज पा रही है। हाँ चाह पी लांगे जी, चाह चाह। हेलो फ्रेंड्स, चाय पी लो। हमारे पास पापे नहीं है, वो नहीं खाएंगे। हां ते मम्मी इने ना पता की कीता उथे, मतलब दादा है ना, अनाज जदों बैठे डिग्गी ना ते बड़ी लागे सीगा, बड़ी दे उत्ते गई ते बड़ी ना आया, बड़ी ने इनू उस टाइम सुनन लग गया। जसमीत पता एदा बैठ गई, देखो जिथे ए अनाज जदों डिग्गी बड़ी दे उत्ते करदी, मैं नहीं कोरी अनाज डिग्गी बड़ी 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 जी जी बड़ी बड़ी। बाद च वेख के उठ गया, हां कुड़ी नहीं चक्की, कुड़ी मैं चक्की। किनारियां लाती हैं तक भरा, हूं तीन चार दिन भरा व्लॉग च वेखन नूं मिलन वाले है। बैड ढक दिता गया, एक दिन जे कमरा आ जाऊगा ठीक है। छत डिग गई, खलेरा पिया मिलेगा, दो चार दिन एवं चलना हूं, है ना? फाइनली रेनोवेशन स्टार्ट हुई है, और जो कि मैं पिछले 10 व्लॉगा 20 व्लॉगा दा रोला पाया। सानू सवेरे सवेरे सरप्राइज मिल गया, किसी नु नहीं पता सी पेंटर आ रहा, जिवें ही उठे ओ पेंटर आ गया, पेंटर आ गया, पेंटर आ गया। तेते काम चालू हो चुका बड़ा सही, ते हुण देखदे आ निपटांदे आ। ते मैं इनु पुछदा अपने कमरे जेड़ी हल्की टचिंग कराण वाली, करा ली आपां वी ना? हां अन्ना सो, अपने कमरे दी हल्की टचिंग जेड़ी रहंदी करा लैंदे आ, फिर ਤਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਾਂ, ਆਪਾਂ ਵੀਡੀਓ ਅਪਲੋਡ ਕਰ ਚੁੱਕੇ ਹਾਂ, ਬੜੇ ਸਾਰੇ ਕਮੈਂਟ ਆ ਗਏ ਕਿ ਵਿਆਹ ਮਤਲਬ ਕਹਿੰਦਾ ਅੱਜ ਸ਼ਾਮ ਦੀ ਪਾਰਟੀ ਲਈ ਸੂਟ ਨਵਾ ਲਓ, ਮਤਲਬ ਜੋ ਤੇ ਡਰੈਸ ਲਓ, ਸੂਟ ਵੀ ਨਾ ਪਾਓ। ਤੇ ਮੈਡਮ ਨੂੰ ਮੈਂ ਉਹੀ ਪਹਿਲੇ ਹੀ ਬੋਲਦਾ ਬਈ, ਪਾਣਾ ਤੇ ਡਰੈਸ ਲੈ, ਹਨਾ ਮੰਮਾ? ਪੈ ਗਿਆ ਪੰਗਾ, ਉਹ ਤਾਂ ਕਹਿ ਰਹੇ ਨੇ ਵੀਡੀਓ। ਮੰਮੀ ਸੱਚੀ ਬੋਲੋ, ਬੋਲੋ, ਮੈਂ ਤਾਂ ਮੰਮੀ ਨੇ ਬੋਲਿਆ ਸੀ, ਮੈਂ ਵੀ ਬੋਲਿਆ ਸੀ, ਮੰਮੀ ਬੋਲਿਆ ਸੀ ਨਾ? ਬੋਲਿਆ ਤਾਂ ਹਾਂ, ਮੈਂ ਤਾਂ ਬੋਲਿਆ ਤਾਂ, ਇਸਕੋ ਨਹੀਂ ਬੋਲਾ, ਇਸਕੋ ਨਹੀਂ ਬੋਲਾ, ਆਪਕੋ ਬੋਲਾ ਤਾਂ, ਬੋਲਾ ਤਾਂ ਥਾ ਨਾ ਮੈਨੇ। हाँ खर्चा कराएगी, हूं समेट दी पई है, वेख लो बैड चे, इतने मैं तुम दिखावा बैड च पे कौन सा सारा एदा भरिया पे, देखियो फिर कहती मेरे को कुछ है नहीं। मम्मी कल तुसी कह रहे सी ना उस दिन ते असी इतने सारे अनाज अनाज क्लैपिंग
ਗਿਵ ਮੀ ਹਾਈ ਫਾਈਵ ਹਾਈ ਫਾਈਵ ਹੈਲੋ ਹੁਣ ਪੇਂਟ ਚੱਲ ਰਿਹਾ ਪੇਂਟ ਤੋਂ ਬਾਅਦ ਆਪਾਂ ਦੇਖਦੇ ਹਾਂ ਹੁਣ ਅੱਛਾ ਅੱਜ ਤਾਂ ਨਹੀਂ ਜਾਣਾ ਕੱਲ੍ਹ ਜਾਵਾਂਗੇ ਕਿੱਥੇ ਇਹਦੇ ਲਈ ਕੁਛ ਦੇਖਣਾ ਨਾ ਮੰਮਾ ਪੇਂਟ ਤੋਂ ਬਾਅਦ ਹੀ ਜਾਵਾਂਗੇ ਸਹੀ ਤਸਵੀਰ ਤੇ ਮੈਂ ਤਿਆਰ ਹੋ ਚੁੱਕਾ ਪਿੱਛੇ ਹਰਜੀ ਭਾਈ ਸਾਹਿਬ ਕਲਰ ਡਿਸਾਈਡ ਕਰ ਰਹੇ ਆਪਣੇ ਕਮਰੇ 'ਚ ਕਿਹੜਾ ਖੜਨਾ ਆਪਣੀ ਭਰਜਾਈ ਦਾ ਉਸੇ ਸਲਾਹ ਲੈਣਾ ਹੈ ਹਨਾ ਜਾਂ ਗ੍ਰੇ ਨਾਲ ਮੈਚ ਕਰਨਾ ਚਾਹੁੰਦਾ ਗ੍ਰੇ ਨਾਲ ਮੈਚ ਕਰ ਰਿਹਾ ਕਿਤੇ ਸੇਮ ਹੀ ਨਾ ਹੋ ਜੇ ਸੇਮ ਹੀ ਹੋ ਜਾਏਗਾ ਯਾਰ ਤੇ ਕੀ ਆ ਕਰਾ ਲਾ ਤੇ ਕਰਾ ਲਾ ਜਾਂ ਡਾਰਕ ਲਾਈਟ ਕਰਾਓ ਦੇਖ ਲੈ ਜਿਹੜਾ ਕਰਾਉਣਾ ਇੱਥੇ ਕਲਰ ਦੀ ਫਰਮਾਇਸ਼ ਹੋ ਰਹੀ ਹੈ ਜਸਮੀਤ ਹੋ ਗਈ ਤਿਆਰ ਅਨਾਜ਼ ਦੀ ਹੋ ਗਈ ਤਿਆਰ ਤੇ ਮੈਂ ਵੀ ਤਿਆਰ ਹੋ ਚੁੱਕਾ ਤੇ ਆਪਾਂ ਕਿੱਥੇ ਜਾ ਰਹੇ ਹਾਂ ਸਾਨੂੰ ਫੋਨ ਆ ਗਿਆ ਸੀਗਾ ਸਵੇਰੇ ਸਾਡਾ ਕੋਈ ਪਲਾਨ ਨਹੀਂ ਸੀ ਪਰ ਸਾਨੂੰ ਫੋਨ ਆਇਆ खास बंद मिलना है ना तो तैयार रहो बाकी मम्मी का कमरा काफी हद तक मतलब सेटलमेंट हो गया आके दिखावा हमने दिखा के आके दिखावा तो बने रहो ਤੇ ਆਪਾਂ ਆਪਣੀ ਆਪਣੀ ਦੀਵਾਰ ਵੀ ਸੋਚ ਰਿਹਾ ਐਵਲੀ ਦੁਬਾਰਾ ਰੀਪੇਂਟ ਕਰਾਈਏ ਕਿਉਂਕਿ ਸਾਡੇ ਤੋਂ ਨਾ ਕਲਰ ਵਿੱਚ ਕਰੋ ਇੱਕ ਐ ਪਾਸਾ ਥੋੜਾ ਮੈਚ ਨਹੀਂ ਆ ਐ ਸਟicker ਰਿਮੂਵ ਕਰ ਦਈਏ ਹਾਂ ਐ ਸਟicker ਰਿਮੂਵ ਕਰ ਦਈਏ ਦੀ ਜਗ੍ਹਾ ਤੇ ਕੁਝ ਵਧੀਆ ਜਿਹਾ ਕੱਢ ਕੇ ਲਿਆਵਾਂਗੇ ਹੁਣ ਤੁਹਾਡੇ ਸਾਰਿਆਂ ਦੇ ਅੱਗੇ ਸਹੀ ਗੱਲ ਹੈ ਜਸਮੀਤ ਕੌਰ ਜੀ ਚਲੋ ਬੁੱਬੂ ਪੀਓ ਚਲੋ ਹਾਂ ਆਪਾਂ ਆਏ ਚਲੋ ਫਾਈਨਲ ਹੈ ਹੁਣ ਲਾਈਨ ਚੱਲਣਾ ਤੇ ਹਰਜੀ ਆਪਣੇ ਕਮਰੇ ਲਈ ਹੁਣ ਕਲਰ ਲਾਈਨ ਚੱਲਣਾ ਕਿਉਂਕਿ ਹਰ ਇੱਕ ਮੈਂ ਆਪਣਾ ਸਰਾਂ ਵਾਲਾ ਕਮਰਾ ਕਰਾਂਗਾ ਮੋਡੀਫਾਈ ਹਾਂ ਇਹਦੇ ਕਮਰਾ ਦਾ ਨਾਮ ਆਪਾਂ ਪਾਇਆ ਹੈ ਸਰਾਂ ਵਾਲਾ ਕਮਰਾ ਵੇਖੋ ਇੱਥੇ ਬਸ ਇੱਕ ਸ਼ੀਸ਼ੇ ਦੀ ਕਮੀ ਹੁੰਦੀ ਹੈ ਸਕੰਦ ਤੇ ਐ ਵੇਖੋ ਉੱਤੇ ਤੱਕ ਹੀ ਹੈਨਾ ਇਹਨੂੰ ਤਿਆਰੀ ਕਰੀਏ ਹੈ ਕੀ ਕਹਿੰਦੇ ਗੱਦੇ ਗੱਦੇ ਲੈ ਕੇ ਆਉਂਦਾ ਮੈਂ ਮੁੰਡਾ ਨੂੰ ਚੰਗੀ ਤਰ੍ਹਾਂ ਤਿਆਰੀ ਕਰਕੇ ਦੇਾਂਗੇ ਹਾਂ ਹੁਣ ਸਾਰਾ ਕੁਝ ਸੈਟਅਪ ਕਰ ਲੈਨੇ ਘਰ ਦਾ ਕਿਉਂਕਿ ਨੈਕਸਟ ਮੰਥ ਫਿਰ ਗੈਸਟ ਸਭ ਨੇ ਆਣਾ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਬਹੁਤ ਤਕੜਾ ਹੈ ਪੂ ਕਿੱਥੇ ਤੇਰਾ ਪੂ ਅਨਾਸ ਅਭੀ ਵੀ ਕਾਂ ਦੇਖ ਰਹੀ ਆ ਹੁਣ ਪਤਾ ਨਹੀਂ ਕਿੱਥੇ ਗਿਆ ਅਨਾਸ ਪੂ ਕਿੱਥੇ ਪੂ ਕਿੱਥੇ ਪੂ ਅਨਾਸ ਹੈ ਨਾ ਉਹਨੇ ਪੂ ਲਿੱਤਾ ਆ ਪੂ ਲਿੱਤਾ ਇਹਨੇ ਆਪਾਂ ਵੇਟ ਕਰ ਰਹੇ ਆ ਸਾਰੇ ਜਣੇ ਨੇ ਇੱਥੇ ਇਕੱਠੇ ਹੋਣਾ ਹੈ ਤੇ ਉਹ ਆ ਰਹੇ ਨੇ ਤੇ ਆਪਾਂ ਇੱਥੇ ਇਕੱਠੇ ਹੋਵਾਂਗੇ ਤੁਹਾਨੂੰ ਦਿਖਾਵਾਂਗੇ ਗਾਇਜ਼ ਆ ਜਸਮੀ ਸੀਗੀ ਅਨਾਸ ਨਾਲ ਗੱਡੀ 'ਚ ਤੇ ਆਪਾਂ ਸਾਰੇ ਕਾਫੀ ਜਣੇ ਇਕੱਠੇ ਹੋ ਗਏ ਆ ਹੋਰ ਹੁੰਦੇ ਪਏ ਆ ਫਿਰ ਆਪਾਂ ਇੱਥੇ ਕਰਾਂਗੇ ਅੱਜ ਕਿਉਂਕਿ ਕੱਲ ਦਾ ਦਿਨ ਪੰਜਾਬ ਦਿੱਲੀ ਆਲ ਆਫ ਇੰਡੀਆ ਕਹਿੰਦੇ ਬੰਦ ਆ ਕਿਉਂ ਸਪੋਰਟ ਕਰਨੀ ਚਾਹੀਦੀ ਸਾਨੂੰ ਕਿਸਾਨਾਂ ਲਈ ਤੇ ਤਾਂ ਕਰਕੇ ਆਪਾਂ ਖੜੇ ਆ ਅੱਜ ਇੱਥੇ ਤੇ ਭਾਈਓ ਨਹੀਂ ਸਾਰੇ ਜਣੇ ਆਪਾਂ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਸਾਰੇ ਜਣੇ ਨਾਲ ਹੈਗੇ ਆ ਤੇ ਹੋਰ ਹੋਲੇ ਬਹੁਤ ਸਾਰੇ ਜਾ ਰਹੇ ਆ ਰਹੇ ਆ ਜਾਂ ਜਿੱਤ ਕੇ ਜਾਵਾਂਗੇ ਜਾਂ ਇੱਥੋਂ ਸਾਡੀਆਂ ਲਾਸ਼ਾਂ ਜਾਣਗੀਆਂ ਅ ਫਿਊ ਮੋਮੈਂਟਸ ਲੇਟਰ ਹਾਂਜੀ ਫਿਰ ਆਪਾਂ ਆ ਚੁੱਕੇ ਸੀਗੇ ਘਰ ਘਰ ਆਉਣ ਤੋਂ ਬਾਅਦ ਪਹਿਲੇ ਤੁਹਾਨੂੰ ਦਾਇਆ ਚੀ ਦੱਸ ਦਈਏ ਕਿਸਾਨਾਂ ਦੋਨਾਂ ਤੋਂ ਬਾਅਦ ਆਪਾਂ ਨੂੰ ਮਿਲਣ ਆ ਗਏ ਜਿੰਨਾਂ ਨਾਲ ਆਪਾਂ ਮਿਲਣਾ ਸੀਗਾ ਤੇ ਜਲਦੀ ਤੁਹਾਨੂੰ ਉਹਨਾਂ ਨੂੰ ਆਪਣੇ ਵਲੌਗਸ 'ਚ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਕੌਣ ਆ ਅਤੇ ਉਹਨਾਂ ਵਾਲੀ ਫੰਕਸ਼ਨ ਵੀ ਆ ਰਿਹਾ ਹੈਗਾ ਹੈ ਨਾ ਜਸਮੀਤ ਅਤੇ ਹੁਣ ਸਭ ਤੋਂ ਪਹਿਲੀ ਚੀਜ਼ ਉਹਨਾਂ ਨੇ ਦਿੱਤੇ ਅਨਾਜ਼ ਨੂੰ ਗਿਫਟ ਉਹ ਵੀ ਆਪਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਅਨਬੋਕਸਿੰਗ ਕਰਾਂਗੇ ਉਸ ਤੋਂ ਪਹਿਲਾਂ ਆਪਣਾ ਰੂਮ ਪਾਪਾ ਤਾਂ ਮੰਮੀ ਡੈਡੀ ਦਾ ਰੂਮ ਦਿਖਾ ਦਈਏ ਮੰਮੀ ਵੇਖੋ ਮੰਮੀ ਬੈਠੀ ਕਿੱਥੇ ਆ ਮੰਮੀ ਕੀ ਸਫਾਈ ਕਰਕੇ ਹਟੇ ਹੋ ਕਿਉਂਕਿ ਆਪਾਂ ਨੂੰ ਗਏ ਜਸਮੀਤ ਕਿੰਨੀ ਦੇਰ ਹੋ ਗਈ ਅਸੀਂ ਗਏ ਹੋਏ ਆ ਕਾਫੀ ਟਾਈਮ 3-4-3 ਘੰਟੇ ਹੋ ਚੁੱਕੇ ਆ ਤੇ ਇਹਨਾਂ ਵਿੱਚ ਫੜਜੀ ਆ ਬੈਠਾ ਤੇ ਮੰਮੀ ਦਾ ਰੂਮ ਦੇਖ ਸਕਦੇ ਤੁਸੀਂ ਇਹ ਪੇਂਟ ਹੋ ਚੁੱਕਾ ਹੈ ਜਿਹੜੇ ਦੀਵਾਰ ਤੇ ਇਹ ਸਪੋਰਟ ਜੇ ਨਜ਼ਰ ਆ ਰਹੇ ਆ ਹਜੀ ਕਲਰ ਹੱਥ ਖਤਮ ਹੋ ਜਾਣਗੇ ਕਿੱਦਾਂ ਦੁਬਾਰਾ ਕੋਟ ਕਰੂੰਗੇ ਦੁਬਾਰਾ ਕੋਟ ਹੋਏਗਾ ਕਿਉਂਕਿ ਜੇ ਪੱਟੀ ਪੱਟੀ ਜਿੱਥੇ ਜਿੱਥੇ ਖਿੱਚੀ ਸੀ ਉਹਦਾ ਕੋਟ ਦਾ ਨਿਸ਼ਾਨ ਆ ਗਿਆ ਡੈਡੀ ਸਾਡੇ ਐ ਬੈਠੇ ਮੰਮੀ ਕਿੱਦਾਂ ਲੱਗ ਰਿਹਾ ਫਿਰ ਹੁਣ ਲੇਟੇ ਸੌਰੀ ਬਹੁਤ ਅੱਛਾ ਹੋ ਗਿਆ ਤਸੱਲੀ ਹੋ ਗਈ ਹੈ ਤੇ ਮੈਂ ਇਹਨਾਂ ਲਈ 버ਗਰ ਕਿੰਗ ਤੋਂ 버ਗਰ ਲੈ ਕੇ ਆਇਆ ਸੀ ਖਾ ਲੈ ਦੇਖੋ ਕੰਮ ਬੈਠੀ ਆ ਹੁਣ ਰੋਟੀ ਨਹੀਂ ਖਾਣੀ ਡਾਈਟਿੰਗ ਹੋ ਗਈ ਓ ਮਾਈ ਗॉड ਡਾਈਟਿੰਗ ਮੈਂ 버ਗਰ ਖਾਇਆ ਤੇ ਇੱਥੇ ਅਨਾਜ਼ ਆਪਣੇ ਗਿਫਟ ਦੇ ਉੱਤੇ ਚੜ ਚੜ ਖੇਲ ਰਿਹਾ ਥੈਂਕ ਯੂ ਸੋ ਮੱਚ ਭਾਜੀ ਇਹ ਗਿਫਟ ਦੇਣ ਲਈ ਵਲੌਗ ਦੇਖ ਰਹੇ ਤੇ ਮੈਂ ਬਹੁਤ ਐਕਸਾਈਟਿਡ ਹਾਂ ਮੈਂ ਖੋਲਣਾ ਜੀ ਖੋਲਣ ਨਹੀਂ ਦੇ ਚਲੋ ਖੋਲ ਲੈ ਤੇ ਹੁਣ ਜਸਮੀਤ ਕਰਨ ਲੱਗੀ ਹੈ ਅਨਬਾਕਸਿੰਗ ਪਹਿਲੀ ਚੀਜ਼ ਅਨਾਸ ਤੇਰਾ ਗਿਫਟ ਖੁੱਲ ਰਿਹਾ ਤੂੰ ਉਸ ਤੇ ਧਿਆਨ ਦੇ ਮੰਮੀ ਦੇ ਨਾ ਮਾਰ ਦੇ ਦੇ ਅਨਾਸ ਦਾ ਤੇ ਗਿਫਟ ਖੁੱਲਿਆ ਜਾ ਰਿਹਾ ਅਨਾਸ ਦਾ ਵੀ ਡੈਡੀ ਉਹਨੂੰ ਕੋਈ ਲੜਨਾ ਹੈ ਐ ਵੇਖੋ ਸਾਡੇ ਘਰ ਲੇਬਰ ਆ ਦੇਖ ਨਾ ਕਰ ਦਿੰਦਾ ਲੜਕਾ ਆ ਹੁਣ ਪੱਖੇ ਰਹਿ ਗਏ ਸਾਫ਼ ਕਰਨੇ ਅੱਜ ਸਾਰੀ ਮਿੱਟੀ ਲੱਗ ਗਈ ਬਹੁਤ ਜ਼ਿਆਦਾ ਕਰਦੇ ਆ ਓਹੋ ਮੇਰੇ ਕੋ ਦਿਖਾ ਮੇਰੇ ਕੋ ਦਿਖਾ ਇਹ ਕੀ ਹੈ ਕੀ ਮੰਨ ਲੇ ਬੇਬੀ ਗਿਫਟ ਹੈ ਓਹੋ ਅਨਾਸ ਤੇਰਾ ਫਿਰ ਤੋਂ ਤੇਲ ਸ਼ੈਂਪੂ ਹਰ ਚੀਜ਼ ਆ ਗਈ ਚਲੋ ਥੈਂਕ ਯੂ ਮਤਲਬ ਯੂਜ਼ ਆਣ ਵਾਲੀ ਚੀਜ਼ ਦਿੱਤੀ ਆ ਬਈ ਥੈਂਕ ਯੂ ਸੋ ਮਚ ਭਾਜੀ ਵੈਸੇ ਲੋਡ ਨਹੀਂ ਸੀ ਇੰਨਾ ਤੁਸੀਂ ਕੀਤਾ ਪਿਆਰ ਦਿੱਤਾ ਥੈਂਕ ਯੂ ਸੋ ਮਚ ਥੈਂਕ ਯੂ
ਨੈਕਸਟ ਸੀਜ਼ਨ ਅਸੀਂ ਅਰੂ ਦਾ ਪੂ ਵੀ ਲਿੱਤਾ ਹੈ ਅਰੂ ਦਾ ਪੂ ਲਿੱਤਾ ਕਿ ਤੂੰ ਖਿਲਰ ਗਈ ਸੀ ਇਸ ਵਿੱਚ ਉਹ ਵੇਖ ਲੈ ਨਾਲ ਮਾਸਟਰ ਨੇ ਇੱਕ ਗਿਫਟ ਦਿੱਤਾ ਉਹ ਤਾਂ ਦੂਜਾ ਗਿਫਟ ਖੋਲ ਲੈ ਰਿਹਾ ਆ ਤੂੰ ਆਪੇ ਖੋਲ ਆਹੋ ਅੱਛੇ ਤੋਂ ਖੋਲ ਕੇ ਉਹ ਲੈ ਅਨਾਜ ਸੋਫਾ ਆ ਗਈ ਹੈ ਸੋਫਾ ਕਮ ਬੈਡ ਓ ਖੁਸ਼ ਬਹੁਤ ਅੱਛਾ ਹੈ ਸੋਫਾ ਕਮ ਬੈਡ ਇਹਨੂੰ ਬੈਡ ਬਣਾ ਕੇ ਵੀ ਲਿਟਾ ਸਕਦੇ ਆ ਬੱਚੇ ਨੂੰ ਜ਼ਮੀਨ ਤੇ ਜਿੱਦਾਂ ਤੁਸੀਂ ਬੈਠੇ ਹੋ ਕਿਤੇ ਤੁਸੀਂ ਜਾ ਰਹੇ ਹੋ ਤਾਂ ਵੀ ਉਹਨੂੰ ਬੱਚੇ ਨੂੰ ਲੈ ਜਾਓ ਨਾਲ ਇਹ ਭਾਜੀ ਇਹ ਤੁਸੀਂ ਕੰਮ ਦੀ ਚੀਜ਼ ਦੇਤੀ ਬੜੀ ਅੱਛੀ ਬਹੁਤ ਅੱਛੀ ਚੀਜ਼ ਹੈ ਜਸਮੀਤ ਦਾ ਅਸ਼ੀਰ ਹਰਨ ਕਰ ਰਹੀ ਹੈ ਜੁਰਤ ਤੋਂ ਜ਼ਿਆਦਾ ਸਾਨੂੰ ਬਿਗ ਬਿਗ ਪਿਆਰ ਦਿਖਾਇਆ ਹੈ करो खड़ा जसमीत बोल रही ਬਹੁਤ ਵਧੀਆ ਥੈਂਕ ਯੂ ਸੋ ਮੱਚ ਭਾਜੀ ਤੇ ਭਰਜਾਈ ਜੀ ਥੈਂਕ ਯੂ ਵਾਓ ਬੱਚਾ ਆ ਕੇ ਲਮਾਂ ਵੀ ਪੈਕੇ ਨਾਜ਼ ਅਰਨਾਜ਼ ਗਿਰ ਗਈ ਗਿਰ ਗਈ ਗਿਰ ਗਈ ਗਿਰ ਗਈ ਨਾਜ਼ ਇੱਧਰ ਦੇਖ ਨਾਜ਼ ਕੇ ਪੀ ਨਾਜ਼ ਨਾਜ਼ ਬੋਲੋ ਥੈਂਕ ਯੂ ਅੰਕਲ ਬੈਠੋ ਵਾਓ ਹੈਲੋ ਐ ਵੀ ਫੜੋ ਹੁਣ ਬੋਲੋ ਥੈਂਕ ਯੂ ਅਨਾਜ਼ ਸੀ ਥੈਂਕ ਯੂ अनाज फोन करो थैंक यू अनाज चीज बस के दिखा दे अनाज ई अनाज अनाज चीज और कहीं फोन दे हो गया अरे अनाज खुश है ई अजय अनाज दे के दा खुश ओ लेबर बैड भी बनाओ इन्हें बैड बनाइए हां चलो फोन बैड बनाने हैं फाड़ दे इसमें फोन में बैड बना चलो ने वो देखो अनाज पीछे ना जाइए चलो नहीं हो ओए गिर गई अनाज अच्छे से अच्छे से देखो पक्खा लथदा पया ऊपर देख रहे हो तुसी और पता चले मम्मी राती पक्खा चलदा होवे मम्मी ताड़ा पक्खा उतर रहा नहीं उतर रहा देख लो वो चाहते मेनू एक्साइटिंग आ मैं मेरी कुड़ी तुरदी पई पुंजे अनाज दा चलदी पई है ला बैग ही उठ खड़ी हो जा बेटा उठो 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 खड़ी हो जा खड़ी हो जा हाँ जी चलो लेबर गिर के कपड़ों में आओ आ रहे हैं आजा 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 ओ तुरी ओ तो आ गया बच्चा तुरे लग गया जी ਪਾ ਹੁਣ ਇਸ ਸਮਾਨ ਜਿਹੜਾ ਮੇਨ ਮੇਨ ਸੀ ਕੁਸੇਰੇ ਉਹਨਾਂ ਦੇ ਆਨ ਤੱਕ ਆਪਾਂ ਥੋੜਾ ਹੀ ਉਹਨਾਂ ਦੇ ਕੰਮ ਕਰਨ ਲਈ ਜਗ੍ਹਾ ਬਣਾਤੀ ਆ ਬਾਕੀ ਕੱਲ ਇਹ ਵੀ ਸਾਰਾ ਡਨ ਕਰ ਦੇਣਾ ਫੈਲੋ ਕਹਿ ਰਹੇ ਸੀਗੇ ਕਿ ਆਪਾਂ ਐਕਸਟਰਾ ਬੰਦਾ ਲੈ ਕੇ ਆਵਾਂਗੇ ਦੋ ਜਿਹੜਾ ਆਪਾਂ ਤਿੰਨ ਦਿਨਾਂ ਦੇ ਵਿੱਚ ਜਾਂ ਚਾਰ ਦਿਨਾਂ ਵਿੱਚ ਤੁਹਾਡਾ ਘਰ ਦਾ ਸਾਰਾ ਕੰਮ ਨਿਬੇੜ ਦੇਣਾ ਹਨਾ ਐਹੀ ਬੋਲ ਕੇ ਗਏ ਹੋ ਤੇ ਹੁਣ ਬਾਕੀ ਜਿਹੜਾ ਕੰਮ ਹੈਗਾ ਸਵੇਰੇ ਸਵੇਰੇ ਜਲਦੀ ਉੱਠ ਕੇ ਨਿਬੇੜਾਂਗੇ ਕਿਉਂਕਿ ਆਪਾਂ ਥੱਕੇ ਪਏ ਆ ਅੱਜ ਬੁਰੇ ਤਰੀਕੇ ਦੇ ਨਾਲ ਤੇ ਰੋਟੀ ਬਣਾ ਲਈਏ ਜਸਟ ਖਾਈਏ ਤੇ ਸੋਈਏ ਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਸੀ ਜ਼ਰੂਰੀ ਕਿ ਨਾ ਬਹੁਤ ਇਸ ਟਾਈਮ ਟੌਪਿਕ ਉੱਠ ਚਲਿਆ ਹੈ ਦੀਪ ਮਸਾਰੂ ਨੂੰ ਲੈ ਕੇ ਸਾਡੀ ਸਭ ਤੋਂ ਪਹਿਲੀ ਪ੍ਰਮੋਸ਼ਨ ਦੀਪ ਮਸਾਰੂ ਨੇ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਦੱਸਦੀ ਹੈ ਇੰਸਟਾ ਤੇ ਉਹਨੇ ਪ੍ਰਮੋਸ਼ਨ ਕੀਤੀ ਸੀ ਬਹੁਤ ਦਿਲ ਦਾ ਸਾਫ ਬੰਦਾ ਡੇਢ ਦੋ ਮਹੀਨੇ ਹੋ ਗਏ ਹੋਣਗੇ ਤਾਂ ਉਹਨਾਂ ਦਾ ਨੇਚਰ ਵਧੀਆ ਲੱਗਾ ਸੀਗਾ ਤਿੰਨ ਚਾਰ ਵਾਰ ਗੱਲ ਹੋਈ ਸੀ ਬਟ ਮੇਨ ਚੀਜ਼ ਆਪਾਂ ਇਹ ਬੋਲਣਾ ਚਾਹਾਂਗੇ ਕਈ ਚੈਨਲ ਤੇ ਨਾ ਉਹਨਾਂ ਨੂੰ ਡੈਥ ਡਿਕਲੇਅਰ ਕਰਤਾ ਲੋਕਾਂ ਨੇ ਲੇਕਿਨ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਵਿਊ ਲੈਣ ਲਈ ਲੋਕੀ ਬੋਲ ਰਹੇ ਨੇ ਉਹਨਾਂ ਦੀ ਮੌਤ ਦੀ ਸੱਚਾਈ ਇਦਾਂ ਕਰਕੇ ਅਸੀਂ ਆਪ ਦੇਖਿਆ ਹੈ कोई नी ਰੱਬ ਨੂੰ ਮਤ ਬਖਸ਼ੂਗਾ ਬਹੁਤ ਅਪ ਡਾਊਨ ਆਂਦੇ ਆ ਤਾਂ ਮਤਲਬ ਐ ਨਹੀਂ ਕਿ ਤੁਸੀਂ ਸੁਸਾਇਡ ਕਰ ਲਓ ਸੁਸਾਇਡ ਕੋਈ ਸੋਲੂਸ਼ਨ ਨਹੀਂ ਆ ਕਿ ਪ੍ਰੋਬਲਮ ਖਤਮ ਕਰਨ ਦਾ ਉਸ ਨਾਲ ਲੜਨਾ ਚਾਹੀਦਾ ਬਾਕੀ ਹੁਣ ਪਿਛਲੀ ਗੱਲ ਕੀ ਆ ਕਿਸੇ ਨੂੰ ਨਹੀਂ ਪਤਾ ਉਹ ਜਾਂਦੇ ਆ ਉਹਨਾਂ ਦੀ ਫੈਮਿਲੀ ਜਾਂਦੀ ਆ ਸੋ ਬਟ ਹੋਇਆ ਜੋ ਵੀ ਆ ਮਾੜਾ ਹੋਇਆ ਬਟ ਅਸੀਂ ਪ੍ਰੇ ਕਰਦੇ ਆ ਕਿ ਵੀਰ ਛੇਤੀ ਫਟਾਫਟ ਠੀਕ ਹੋ ਕੇ ਆਏ 72 ਘੰਟੇ ਹੋਣ ਵਾਲੇ ਆ 24 ਘੰਟੇ ਬੀਤ ਚੁੱਕੇ ਆ 24 ਨਹੀਂ ਸੌਰੀ 48 ਘੰਟੇ ਬੀਤ ਚੁੱਕੇ ਆ ਠੀਕ ਹੈ
देखते हैं भरा सा फटाफट ठीक हो वापस अपने घर आए हसी खेड वाले अपने डैड मोम रील्स बनाए आप वेख के बहुत ज्यादा वेख के ना खुश हो गए हाँ देखो यार जो भी किसान हो रहा ना गलत है बस यही बोलूंगा मोदी सरकार की अपने अकाले कानून जो भी ने अपने डिमांडा रखे बैक करो किसान देखो किसान सब तो पहला बंदा जो है कमान वाला इंडिया दे विच किसान है किसान दे थ्रू होर लोकी कमा के रोटी रोटी सब खांदे आ और किसान ही नहीं कमाएगा ते साडे तक किदा रोटी पहुंचेगी सही गल ज्यादा नहीं दिखाए वीडियोस क्योंकि असी वीडियो ली नहीं दिखाना चाहते कि साडे वीडियो ली साडे दिल चोना ली बहुत है बट वीडियो आपा व्यू होना नाम दे नहीं चाहते गाइस अपने दिलो बस काम करना चाहते होना ली बट असी दिलो ना दे नाला असी वीडियो च नहीं दिखाना चाहते कि असी वीडियो च दिखाया ते हां भाई असी उना दे पक्ष च बट असी दिलो उना दे पक्ष च ते होप उना दी भी सारी सॉल्यूशन छेती तो छेती गवर्नमेंट सुने ते छेती तो छेती उना नु हल करे ओ अपने अपने घर जान दिल्ली बॉर्डर्स तो ते सब नु उस दिन ना असली दिवाली हुन उसी दिन बनूगी असली इस बार दी दिवाली तो होगी जे किसान अपने घर जांदे आ ते हां ते बाकी दूजी चीज तो सॉरी दूजी चीज होगी बाकी अद्धे ब्लॉक च करते हैं एंड बाकी हुन घर जा रेनोवेट हो रहा है ओ चीज तानू सारे ब्लॉक पापा दा कमरा रेडी हो गया तुसी देख ला बाकी असी जदों ओनू डेकोरेट करांगे वॉल नु फिर तानू असी ओ भी दिखावांगे क्योंकि सारा कुछ स्टेप बाय स्टेप होएगा आज सीगा हाउस रेनोवेट सॉरी होम रेनोवेशन दा डे 1 सो कल रहेगा डे 2 तानू भी दिखावांगे सो आज ब्लॉक करते हैं इथे एंड टिल देन टेक केयर बाय बाय इंस्टाग्राम नु फॉलो करना ना भूलना चैनल नु सब्सक्राइब करना ना भूलना ते टिल देन Bye. Bye.